ਮੂਸੇਵਾਲਾ ਕਤਲ ਕਾਂਡ ਦੇ ਵਿੱਚ ਇੱਕ ਹੋਰ ਮੋੜ ਆਇਆ। ਪੰਜਾਬ ਪੁਲਿਸ ਬਿਹਾਰ ਪਹੁੰਚ ਗਈ ਹੈ ਤਾਂ ਸਰਚ ਆਪਰੇਸ਼ਨ ਬਿਹਾਰ ਦੇ ਵਿੱਚ ਜਾਰੀ ਹੁੰਦੇ ਤੇ ਇੱਕ ਹੋਰ ਗੈਂਗਸਟਰ ਬਿਹਾਰ ਦੇ ਵਿੱਚ ਦਵੋਚਿਆ ਜਾਂਦਾ ਹੈ ਤਾਂ ਪੰਜਾਬ ਪੁਲਿਸ ਦਾ ਸਰਚ ਆਪਰੇਸ਼ਨ ਪੰਜਾਬ ਦੇ ਵਿੱਚ ਹੀ ਨਹੀਂ ਸਗੋਂ ਦੇ ਪੂਰੇ ਭਾਰਤ ਦੇ ਵਿੱਚ ਚੱਲ ਰਿਹਾ ਤੇ ਇਸ ਦੇ ਚੱਲਦੇ ਆ ਪੰਜਾਬ ਪੁਲਿਸ ਬਿਹਾਰ ਪਹੁੰਚਦੀ ਹੈ ਜਿੱਥੇ ਇੱਕ ਹੋਰ ਗੈਂਗਸਟਰ ਨੂੰ ਜਿਸ ਦਾ ਨਾਮ ਰਾਜਾ ਦੱਸਿਆ ਜਾ ਰਿਹਾ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਨਾਲ ਸੰਬੰਧਿਤ ਇੱਕ ਹੋਰ ਅਪਡੇਟ ਸਾਹਮਣੇ ਆ ਰਹੀ ਹੈ। ਸਰਚ ਆਪਰੇਸ਼ਨ ਜਿਹੜਾ ਬਿਹਾਰ ਦੇ ਵਿੱਚ ਪੰਜਾਬ ਪੁਲਿਸ ਦਾ ਹੁੰਦਾ ਉਸ ਦੌਰਾਨ ਇੱਕ ਹੋਰ ਗੈਂਗਸਟਰ ਦੀ ਗ੍ਰਿਫਤਾਰੀ ਹੁੰਦੀ ਹੈ। ਰਾਜਾ ਇਸ ਦਾ ਨਾਮ ਦੱਸ ਰਿਹਾ, ਤਸਵੀਰਾਂ ਤੁਹਾਨੂੰ ਵਿਖਾ ਰਿਹਾ ਕਿਸ ਤਰੀਕੇ ਦੇ ਨਾਲ ਨੀਲੀ ਟੀ ਸ਼ਰਟ ਦੇ ਵਿੱਚ ਜਿਸ ਵਿਅਕਤੀ ਨੂੰ ਤੁਸੀਂ ਵੇਖ ਰਹੇ ਹੋ ਤੇ ਮੂੰਹ ਦੇ ਉੱਤੇ ਕੱਪੜਾ ਬੰਨਿਆ ਹੋਇਆ ਹੱਥਾਂ ਦੇ ਵਿੱਚ ਬੰਨਿਆ ਹੋਇਆ ਤੇ ਦੱਸ ਦਈਏ ਕਿ ਬਿਹਾਰ ਤੋਂ ਇਸ ਵਿਅਕਤੀ ਨੂੰ ਜੋ ਕਿ ਗੈਂਗਸਟਰ ਦੱਸਿਆ ਜਾ ਰਿਹਾ ਜਿਸਦਾ ਨਾਮ ਰਾਜਾ ਦੱਸਿਆ ਜਾ ਰਿਹਾ ਬਿਹਾਰ ਤੋਂ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਤਾਂ ਸਰਚ ਦੇ ਦੌਰਾਨ ਪੰਜਾਬ ਪੁਲਿਸ ਬਿਹਾਰ ਪਹੁੰਚਦੀ ਹੈ ਤਾਂ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਹਾਲਾਂਕਿ ਪਹਿਲਾਂ ਹੀ ਵੱਡੇ ਖੁਲਾਸੇ ਹੋ ਰਹੇ ਨੇ ਜਿਸ ਤਰੀਕੇ ਦੇ ਨਾਲ ਲਾਰਿਸ਼ ਗੈਂਗ ਦੇ ਨਾਲ ਪੰਜ ਗੈਂਗਸਟਰ ਦੇ ਨਾਮ ਜਿਹੜੇ ਨੇ ਬਾਹਰ ਆਉਂਦੇ ਨੇ ਤੇ ਉਸ ਤੋਂ ਬਾਅਦ ਸਾਜਿਸ਼ ਰਚੀ ਜਾਂਦੀ ਹੈ ਅਜਿਹਾ ਕਿਹਾ ਜਾਂਦਾ। ਹਾਲਾਂਕਿ ਇਹਨਾਂ ਨਾਮ ਦੇ ਵਿੱਚ ਗੋਲਡੀ ਬਰਾੜ, ਸਚਿਨ ਥਾਪਾ, ਅਨਮੋਲ ਬਿਸ਼ਨੋਈ ਤੇ ਵਿਕਰਮ ਬਰਾੜ ਦਾ ਵੀ ਨਾਮ ਸਾਹਮਣੇ ਆਉਂਦਾ ਤਾਂ ਸੂਤਰਾਂ ਦੇ ਮੁਤਾਬਿਕ ਲਾਰਿਸ ਨੇ ਤਿਹਾੜ ਜੇਲ੍ਹ ਦੇ ਵਿੱਚ ਸਾਰੀ ਸਾਜਿਸ਼ ਜਿਹੜੀ ਹੈ ਰਚੀ ਸੀ। ਪੁੱਛਗਿੱਛ ਦੇ ਦੌਰਾਨ ਜਿਹੜਾ ਇਹ ਸਾਰੀ ਜਾਣਕਾਰੀ ਬਾਹਰ ਆਉਂਦੀ ਹੈ ਪਰ ਇਸ ਵੇਲੇ ਜਿਹੜਾ ਬਿਹਾਰ ਦੇ ਵਿੱਚ ਪੰਜਾਬ ਪੁਲਿਸ ਦਾ ਸਰਚ ਆਪਰੇਸ਼ਨ ਹੁੰਦਾ ਤੇ ਉੱਥੇ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਜਾਂਦਾ। ਰਾਜਾ ਨਾਮ ਦੱਸਿਆ ਜਾ ਰਿਹਾ ਜਿਹੜਾ ਜੋ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਵਿੱਚ ਇਸਦਾ ਵੱਡਾ ਨਾਮ ਹੋ ਸਕਦਾ। ਤੇ ਦੱਸ ਦਈਏ ਕਿ ਬਿਹਾਰ ਦੇ ਵਿੱਚ ਰਾਜਾ ਨਾਮ ਦੇ ਇਸ ਗੈਂਗਸਟਰ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਤਾਂ ਦੂਜੇ ਪਾਸੇ ਜੇਕਰ ਲਾਰਿਸ ਬਿਸ਼ਨੋਈ ਦੀ ਗੱਲ ਕੀਤੀ ਜਾਵੇ ਤਾਂ ਉਸਦੇ ਵੱਲੋਂ ਵੀ ਅੱਜ ਵੱਡੇ ਖੁਲਾਸੇ ਕੀਤੇ ਗਏ ਨੇ। ਉਸਨੇ ਕਿਹਾ ਕਿ ਮੈਂ ਖੁਦ ਹੀ ਜਿਹੜੀ ਹੈ ਪੂਰੀ ਪਲੈਨਿੰਗ ਕੀਤੀ ਸੀ ਤੇ ਰੇਕੀ ਜਿਹੜੀ ਹੈ ਸਿੱਧੂ ਮੂਸੇਵਾਲੇ ਦੀ ਕਰਵਾਈ ਸੀ ਤਾਂ ਜੇਲ੍ਹ ਦੇ ਵਿੱਚ ਬੈਠ ਕੇ ਆਰਡਰ ਦਿੱਤੇ ਜਾਂਦੇ ਨੇ। ਗੋਲਡੀ ਬਰਾੜ, ਸਚਿਨ ਥਾਪਾ, ਅਨਮੋਲ ਬਿਸ਼ਨੋਈ, ਵਿਕਰਮ ਬਰਾੜ ਵੀ ਇਸ ਪੂਰੀ ਸਾਜਿਸ਼ ਦੇ ਵਿੱਚ ਸ਼ਾਮਿਲ ਹੁੰਦੇ ਨੇ। ਹਾਲਾਂਕਿ ਅਨਮੋਲ ਬਿਸ਼ਨੋਈ ਤੇ ਸਚਿਨ ਥਾਪਾ ਨੇ ਪੂਰੀ ਸਾਜਿਸ਼ ਨੂੰ ਜਿਹੜਾ ਮੁੱਖ ਭੂਮਿਕਾ ਨਿਭਾਈ ਤੇ ਦੋਵਾਂ ਨੇ ਹੀ ਇਸ ਸਮੇਂ ਯੂਰਪ ਦੇ ਵਿੱਚ ਦੱਸੀ ਜਾ ਰਹੇ ਨੇ ਤਾਂ ਪੰਜ ਗੈਂਗਸਟਰ ਰੇਕੀ ਤੋਂ ਲੈ ਕੇ ਮੂਸੇਵਾਲ ਦੇ ਕਤਲ ਤੱਕ ਸ਼ੂਟਰਸ ਨੂੰ ਡਾਇਰੈਕਸ਼ਨ ਜਿਹੜੀ ਹੈ ਦਿੱਤੀ ਜਾਂਦੀ ਹੈ ਤੇ ਖੁਲਾਸੇ ਜਿਹੜੇ ਨੇ ਖੁਦ ਲਾਰਿਸ ਬਿਸ਼ਨੋਈ ਨੇ ਪੁੱਛਗਿੱਛ ਦੇ ਦੌਰਾਨ ਕੀਤੇ ਨੇ ਜਦੋਂ ਪੰਜਾਬ ਪੁਲਿਸ ਨੇ ਜਾਂਚ ਜਿਹੜੀ ਹੈ ਹੋ ਰਹੀ ਹੈ ਤਾਂ ਫਿਲਹਾਲ ਦੇ ਲਈ ਪੰਜਾਬ ਪੁਲਿਸ ਬਿਹਾਰ ਦੇ ਵਿੱਚ ਪਹੁੰਚਦੀ ਹੈ ਤੇ ਉੱਥੇ ਇੱਕ ਹੋਰ ਗੈਂਗਸਟਰ ਦੀ ਗ੍ਰਿਫਤਾਰੀ ਹੁੰਦੀ ਹੈ ਜਿਸਦਾ ਨਾਮ ਰਾਜਾ ਦੱਸਿਆ ਜਾ ਰਿਹਾ। ਤਾਂ ਹੁਣ ਸਿੱਧੂ ਮੂਸੇਵਾਲ ਦੇ ਕਤਲ ਮਾਮਲੇ ਦੇ ਵਿੱਚ ਇੱਕ ਹੋਰ ਕਦਮ ਪੰਜਾਬ ਪੁਲਿਸ ਅੱਗੇ ਵੱਧਦੀ ਹੋਈ ਨਜ਼ਰ ਆਉਂਦੀ ਹੈ ਤੇ ਬਿਹਾਰ ਦੇ ਵਿੱਚ ਆਪਣਾ ਸਰਚ ਆਪਰੇਸ਼ਨ ਜਾਰੀ ਕਰਦੀ ਹੈ ਤੇ ਉਸਦੇ ਦੌਰਾਨ ਇਸ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਜਾਂਦਾ। ਤਾਂ ਦੱਸ ਦਈਏ ਕਿ ਲਾਰਿਸ ਬਿਸ਼ਨੋਈ ਤੋਂ ਵੀ ਪੁੱਛਗਿੱਛ ਜਾਰੀ ਹੈ। ਹਾਲਾਂਕਿ ਉਸਨੇ ਇਸ ਚੀਜ਼ ਦਾ ਕਬੂਲਨਾਮਾ ਦਿੱਤਾ ਕਿ ਮਿੰਟੂ ਵਿੱਕੀ ਮਿੰਟੂ ਖੇੜੇ ਦੇ ਕਤਲ ਦਾ ਬਦਲਾ ਲਿੱਤਾ, ਖੂਨ ਦੇ ਬਦਲੇ ਖੂਨ ਜਿਹੜਾ ਅਸੀਂ ਸਿੱਧੂ ਮੂਸੇਵਾਲੇ ਦਾ ਕਰਵਾਇਆ ਤਾਂ ਵਿੱਕੀ ਮਿੰਟੂ ਖੇੜਾ ਨੂੰ ਆਪਣਾ ਭਰਾ ਮੰਨਦਾ ਸੀ, ਜਿਸ ਤੋਂ ਬਾਅਦ ਲਗਾਤਾਰ ਜਿਹੜਾ ਤਕਰਾਰਬਾਜ਼ੀ ਵੱਧਦੀ ਜਾਂਦੀ ਹੈ ਤੇ ਉਸ ਤੋਂ ਬਾਅਦ ਜੇਲ੍ਹ ਦੇ ਵਿੱਚ ਬੈਠ ਕੇ ਮਾਸਟਰ ਮਾਈਂਡ ਸਿੱਧੂ ਮੂਸੇਵਾਲੇ ਦੇ ਕਤਲ ਕਾਂਡ ਦਾ ਲਾਰਿਸ ਬਿਸ਼ਨੋਈ ਦੱਸਿਆ ਜਾਂਦਾ ਤੇ ਉਸਦੇ ਵੱਲੋਂ ਇਹ ਪੂਰੀ ਸਾਜਿਸ਼ ਜਿਹੜੀ ਹੈ ਰਚੀ ਜਾਂਦੀ ਹੈ ਤੇ ਇਸ ਸਮੇਂ ਬਿਹਾਰ ਦੇ ਵਿੱਚ ਆਪਰੇਸ਼ਨ ਹੁੰਦਾ ਤੇ ਉਸ ਤੋਂ ਬਾਅਦ ਗੈਂਗਸਟਰ ਦੀ ਗ੍ਰਿਫਤਾਰੀ ਹੁੰਦੀ ਹੈ।